ਲਤੇਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਕਿਹਦਾ ਦਿਲ ਕਰਦਾ ਮਦੀਨੇ ਰਹਿਣ ਲਈ, ਉਹ ਬੰਦਾ 5 ਸੈਕਿੰਡ ਹੱਥ ਥੱਲੇ ਨਾ ਕਰੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ, ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਕਰਾਂ ਮੈਂ ਦੀਦ ਰੋਜ਼ੇ ਦੀ, ਕਰਾਂ ਮੈਂ ਦੀਦ ਰੋਜ਼ੇ ਦੀ, ਤੇ ਨਿਤ ਤਾਜ਼ਾ ਇਮਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ, ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਮੁਕੱਦਰ ਵਾਲੇ ਹੋ, ਮੁੜ ਇੱਕ ਸ਼ੇਰ ਤੁਹਾਡੇ ਹਿੱਸੇ 'ਚ ਆਇਆ ਹੈ, ਪਰ ਪਤਾ ਨਹੀਂ ਕੀ ਬਣ ਸੀ, ਤਾਂ ਜੋ ਇਹ ਮੇਰੀ ਚਿੜ ਚਿੱਟ ਹੈ ਨਾ, ਇੱਥੇ ਫਰਮਾਇਸ਼ ਲਿਖੀ ਹੋਈ ਹੈ। ਬਾਜ਼ ਔਕਾਤ ਨਾਥ ਖਾਨ ਨੂੰ ਚਿੱਟ ਆਵੇ ਨਾ, ਤੂੰ ਆਉਂਦਾ ਜੀ ਮੈਨੂੰ ਫਰਮਾਇਸ਼ ਆਈ ਹੈ, ਹਾਲਾਂਕਿ ਉੱਤੇ ਲਿਖਿਆ ਹੁੰਦਾ ਭਾਈ ਤੁਹਾਡਾ ਟਾਈਮ ਮੁੱਕ ਗਿਆ। ਮਾਸ਼ਾਅੱਲਾ, ਉਹ ਗੱਲ ਨਹੀਂ, ਵਾਕਈ ਫਰਮਾਇਸ਼ ਆਈ ਹੈ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਧਿਆਨ ਰੱਖਣਾ ਤੇਰਾ ਸ਼ੇਰ ਤੁਹਾਡੇ ਇਸੇ ਬੜਾ ਵੱਡਾ ਆ ਗਿਆ। ਨਬੀ ਦਾ ਖੁਦ ਖੁਦਾ ਮੌਲਾ, ਅਲੀ ਦਾ ਮੁਸਤਫਾ ਮੌਲਾ, ਨਬੀ ਸਟੇਜ ਵਾਲੇ ਤੇਰਾ ਬੋਲਣਗੇ ਤਾਂ ਮਜ਼ਾ ਆਏਗਾ ਨਾ ਤੇਰਾ। ਕਿਹੜੀ ਡਿਊਟੀ ਤੇ ਬੈਠੇ ਤੁਸੀਂ? ਨਬੀ ਦਾ ਖੁਦ ਖੁਦਾ ਮੌਲਾ, ਅਲੀ ਦਾ ਮੁਸਤਫਾ ਮੌਲਾ, ਅਲੀ ਨੂੰ ਜੋ ਵੀ ਕਹਿ ਮੌਲਾ ਉਹ ਮੂਮਿਨ ਜਾ ਕੇ ਤਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਅਲਮ ਕਹਿੰਦੇ ਨੇ ਝੰਡੇ ਨੂੰ, ਮੌਲਾ ਅਬਾਸ ਦੇ ਝੰਡੇ ਨਾਲ ਪਿਆਰ ਕਰਦਾ, ਹੱਥ ਚੁੱਕ ਸੁਭਾਨ ਅੱਲਾ ਬੋਲੇ ਨਾਲ। ਜੇ ਮੈਂ ਤਫਸੀਲ ਚ ਆ ਗਿਆ ਤਾਂ ਗੱਲ ਵੱਧ ਜਾਣੀ। ਇੱਕ ਝੰਡਾ ਇਹ ਹੈ ਜਿਹੜਾ ਅਬਾਸ ਦੇ ਨਾਂ ਤੇ ਮਨਸੂਬ ਹੈ, ਹਾਲਾਂਕਿ ਕੁਛ ਬੰਦਾ ਨਹੀਂ ਪਤਾ, ਐਵੇਂ ਝੰਡਾ ਵੇਖ ਕੇ ਨਾ ਫੀਲ ਕਰਦੇ ਨੇ ਵੀ ਇਹ ਘਰ ਹੀਆਂ ਦਾ, ਤਾਂ ਝੰਡਾ ਲੱਗਾ ਹੋਇਆ। ਉਹ ਤਬਲੀਗ ਜ਼ਰੂਰੀ ਹੈ, ਅਗਰ ਅਸੀਂ ਨਹੀਂ ਦੱਸਾਂਗੇ ਤਾਂ ਨਾਲ ਪਤਾ ਕਿਵੇਂ ਲੱਗੇਗਾ। ਗੱਲ ਦੀ ਵਜ਼ਾਹਤ ਥੋੜ੍ਹੀ ਜਿਹੀ ਹੋ ਜਾਣੀ ਚਾਹੀਦੀ, ਤਾਂ ਕਿ ਕੁਝ ਬੰਦੇ ਨੂੰ ਇਲਮ ਨਾ ਹੋਵੇ ਅਤੇ ਇਲਮ ਆ ਜਾਏ। ਅਤੇ ਮੇਰੇ ਕੋਲ ਇਤਨਾ ਇਲਮ ਨਹੀਂ ਜਿੰਨਾ ਮੇਰੇ ਕੋਲ ਉਹਨਾਂ ਦਿੰਦਾ ਪਿਆ। ਗੱਲ ਇਸ ਤੋਂ ਹੈ, ਜਦੋਂ 12 ਰਬੀਉਲ ਅੱਵਲ ਆਏਗੀ ਨਾ, ਸਾਡੇ ਸੁੰਨੀ ਭਰਾ ਅਸੀਂ ਸਾਰੇ ਰਲ ਕੇ ਅਲਹਮਦੁਲਿਲਾ ਹਜ਼ੂਰ ਦਾ ਜਸ਼ਨ ਮਨਾਵਾਂਗੇ ਅਤੇ ਝੰਡੇ ਸਾਡੇ ਹੱਥ 'ਚ ਆਉਣਗੇ। ਮਾਲੂਮ ਹੈ ਝੰਡਾ ਉਸ ਦਿਨ ਵੀ ਲੱਗਿਆ ਸੀ, ਮਾਲੂਮ ਨਹੀਂ ਹਕੀਕਤ ਲੱਗਿਆ ਸੀ, ਖੁਦ ਜਬਰੀਲ ਨੇ ਝੰਡਾ ਲਾਇਆ, 3 ਝੰਡੇ ਲਾਏ ਜਦੋਂ ਨਬੀ ਪਾਕ ਦੁਨੀਆ 'ਤੇ ਆਏ। ਝੰਡਾ ਉਦੋਂ ਵੀ ਆਏ ਅਤੇ ਝੰਡਾ ਉਸ ਰਾਤ ਵੀ ਆਏ ਜਿਸ ਰਾਤ ਨਬੀ ਪਾਕ ਨੇ ਫਰਮਾਇਆ ਇਹ ਇਸ਼ਾ ਦੀ ਨਮਾਜ਼ ਤੋਂ ਬਾਅਦ ਕਿ ਕੱਲ੍ਹ ਝੰਡਾ ਧੰਮੀ ਉਹਨੂੰ ਦੇਵਾਂਗੇ, ਇਹ ਝੰਡਾ ਉਹਨੂੰ ਦੇਵਾਂਗੇ ਜਿਹੜਾ ਅੱਲਾਹ ਅਤੇ ਅੱਲਾਹ ਦੇ ਰਸੂਲ ਨਾਲ ਪਿਆਰ ਕਰਦਾ ਹੈ ਅਤੇ ਅੱਲਾਹ ਅਤੇ ਉਹਦਾ ਰਸੂਲ ਵੀ ਉਹਦੇ ਨਾਲ ਪਿਆਰ ਕਰਦੇ। ਮਾਸ਼ਾਅੱਲਾ, ਮੈਂ ਕਿਹਾ ਝੰਡਾ ਉਸ ਰਾਤ ਸੁਬੋ ਜਿਹਨੂੰ ਅਤਾ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਝੰਡਾ ਸਰਕਾਰ ਹਜ਼ਰਤ ਜਾਫਰ ਤਿਆਰ ਦੇ ਕੋਲ ਵੀ ਹੈ, ਆਪ ਦੇ ਬਾਜ਼ੂ ਕਲਮ ਹੋਏ ਅਤੇ ਝੰਡਾ ਕਰਬਲਾ ਵਿੱਚ ਵੀ ਹੈ। ਬਈ ਤੈਨੂੰ ਕਸਮ ਹੈ ਪੈਦਾ ਕਰਨ ਵਾਲੇ ਦੀ, ਮੈਂ ਤੂੰ ਮੈਥੋਂ ਲੁਕ ਸਕਦਾ ਪਰ ਅੱਲਾਹ ਤੂੰ ਨਹੀਂ ਲੁਕ ਸਕਦਾ, ਅੱਲਾਹ ਦੇ ਰਸੂਲ ਤੂੰ ਨਹੀਂ ਲੁਕ ਸਕਦਾ, ਤੇਰੇ ਦਿਲ 'ਚ ਕੀ ਅੱਲਾਹ ਜਾਣਦਾ ਹੈ। ਮੈਂ ਕਿਹਾ ਕਿ ਝੰਡਾ ਕਰਬਲਾ ਵਿੱਚ ਵੀ ਹੈ, ਝੰਡਾ ਚਿੱਟੇ ਰੰਗ ਦਾ, ਝੰਡਾ ਕਾਲੇ ਰੰਗ ਦਾ, ਝੰਡਾ ਸਾਵੇ ਰੰਗ ਦਾ, ਇਸ ਰੰਗ 'ਤੇ ਨਾ ਜਾ ਪਰ ਝੰਡਾ 'ਤੇ ਹੈ, ਝੰਡਾ 'ਤੇ ਹੈ, ਝੰਡਾ ਪਾਕਿਸਤਾਨ ਦਾ ਵੀ ਹੈ। ਇਹ ਇਸ ਗੱਲ 'ਤੇ ਸੁਭਾਨ ਅੱਲਾਹ ਤੂੰ ਮੂੰਹ 'ਤੇ ਹੱਥ ਵੀ ਰੱਖੇ ਤਾਂ ਨਿਕਲ ਜਾਣੀ ਹੈ। ਜੇ ਇੰਡੀਆ ਕੋਲ ਝੰਡਾ ਹੈ
ਪਾਕਿਸਤਾਨ ਕੋਲ ਵੀ ਝੰਡਾ ਅਤੇ ਕਦੀ ਵਾਹਗਾ ਬਾਰਡਰ ਜਾਵੇ ਨਾ ਜਦੋਂ ਤਕਰੀਬ ਹੋ ਰਹੀ ਹੋਵੇ ਝੰਡੇ ਉਤਾਰਨ ਦੀ ਅਤੇ ਇੰਡੀਆ ਵਾਲੇ ਵੀ ਹੌਲੀ ਹੌਲੀ ਝੰਡਾ ਥੱਲੇ ਲੈ ਆਉਂਦੇ ਨੇ, ਪਾਕਿਸਤਾਨ ਵਾਲੇ ਵੀ ਹੌਲੀ ਹੌਲੀ ਲੈ ਆਉਂਦੇ ਨੇ, ਤਾਂ ਕਿ ਇਹ ਇੰਨੀ ਨਾਨੂੰ ਵੀ ਗੈਰਤ ਹੈ ਵੀ ਝੰਡਾ ਕਿਸੇ ਦਾ ਭੇੜੇ ਨਾ ਉਤਰ ਜਾਏ। ਹਾਏ ਹਾਏ, ਮੈਂ ਕਿੱਥੇ ਸੁਣਾ ਰਿਹਾ, ਮੈਂ ਕਿਹਨੂੰ ਸੁਣਾ ਰਿਹਾ, ਮੈਂ ਕਿਹਾ ਤੂੰ ਸਮਝੇ ਨਹੀਂ ਮੈਂ ਕੀ ਕਹਿ ਗਿਆ। ਮੈਂ ਕਿਹਾ ਇੰਨੀ ਗੈਰਤ ਤਾਂ ਹਿੰਦੂ ਨੂੰ ਵੀ ਹੈ ਵੀ ਮੁਸਲਿਮ ਤੋਂ ਸਾਡਾ ਝੰਡਾ ਭੇੜੇ ਨਾ ਥੱਲੇ ਜਾਏ। ਅਤੇ ਹਿੰਦੂ ਦੀ ਇੱਕ ਆਮ ਮੁਸਲਮਾਨ ਅੱਗੇ ਕਿਆ ਗੈਰਤ ਹੈ, ਔਰ ਪੂਰੀਆਂ ਗੈਰਤਾਂ ਇਕੱਠੀਆਂ ਕੀਤੀਆਂ ਜਾਵਣ ਅਤੇ ਅੱਬਾਸ ਦੇ ਅੱਗੇ ਕੀ ਗੈਰਤ ਹੈ। ਅੱਲਾਹ ਕਰੇ ਜਿਹਦੇ ਮੂੰਹ ਜ਼ੁਬਾਨ ਨਿਕਲੇ ਅੱਜ ਰਾਤ ਸਰਕਾਰ ਦਾ ਦੀਦਾਰ ਹੋ ਜਾਏ ਇਸੇ ਬਹਾਨੇ ਨਾਲ। ਮੈਂ ਤੁਹਾਨੂੰ ਵਜ਼ਾਹਤ ਕਰਦਾ ਪਿਆ ਕਿ ਝੰਡਾ ਗੈਰਤ ਦਾ ਨਿਸ਼ਾਨ ਹੁੰਦਾ ਹੈ ਕਿਸੇ ਕੌਮ ਦਾ, ਉਹ ਕੌਮ ਆਪਣਾ ਝੰਡਾ ਨਹੀਂ ਡਿੱਗਣ ਦਿੰਦੀ, ਅਤੇ ਜਿਹਨੂੰ ਦਿੱਤਾ ਹੀ ਹੁਸੈਨ ਹੋਵੇ। ਮੈਂ ਜੇ ਝੰਡੇ 'ਤੇ ਖੜਾ ਸ਼ੇਰ, ਮੈਂ ਜੇ ਦੁਆ ਪੜ੍ਹਨਾ ਤਾਂ ਹਿੱਸਾ ਤੁਹਾਡਾ, ਬੜੇ ਕਿਸਮਤ ਵਾਲੇ ਹੋ, ਹਿੱਸ ਫਿਰ ਤੁਹਾਡੇ ਸ਼ੇਰ ਅੱਬਾਸ ਦਾ ਸ਼ੇਰ ਆ ਗਿਆ। ਕੋਈ ਝੋਲੀ ਪਾਉਣਾ ਚਾਹੁੰਦਾ? ਇਹ ਸ਼ੇਰ ਝੋਲੀ ਤਾਂ ਜੋ ਕਰਿਆ, ਇਹ ਝੰਡਾ ਇੱਕ ਝੰਡਾ ਰਹਿ ਗਿਆ, ਉਹ ਝੰਡਾ ਕਿਆਮਤ ਵਾਲੇ ਦਿਨ ਹੋਏਗਾ। ਅਲਕਾਰਿਆ ਤੁਮ ਅਲਕਾਰਿਆ ਵਮਾ ਅਦਰਾ ਕਮ ਅਲਕਾਰਿਆ ਯੋ ਮੈਂ ਯਕੂਨ ਉਨਾ ਸੁਕਲ ਫਰਾਸ਼ਿਲ ਮਬਸੂਸ ਸੁਬਾਨ ਲੱਕਾਂ ਆਖਣੀ। ਅੱਲਾਹ ਕੁਰਾਨ ਦੀ ਫਰਮਾਇਆ ਖੜਖੜਾਉਣੇ ਵਾਲੀ, ਵਮਾ ਅਦਰਾ ਕਮਲ ਕਾਰਿਆ, ਤੁਸੀਂ ਕਿਆ ਜਾਣੋ ਖੜਖੜਾਉਣੇ ਵਾਲੀ ਕਿਆ ਹੈ। ਮੈਂ ਕੁਰਾਨ ਸੁਣ ਕੇ ਤਰਜਮਾ ਨਾਲ ਕਰਦਾ ਪਿਆ, ਜਿਸ ਦਿਨ ਲੋਕ ਯੂੰ ਹੋਣਗੇ ਜੈਸੇ ਬਿਖਰੇ ਹੋਏ ਪਤੰਗੇ, ਪਹਾੜ ਐਸੇ ਹੋਣਗੇ ਜੈਸੇ ਉੜਤੀ ਹੋਈ ਊਨ। ਤਾਂ ਕੁਰਾਨ ਸੱਚ ਬੋਲ ਰਿਹਾ ਨਾ, ਕੁਰਾਨ ਬੋਲ ਰਿਹਾ ਨਾ, ਕੁਰਾਨ ਦੇ ਵਿੱਚ ਅੱਲਾ ਰਹਿ ਬਿਨਾ। ਅੱਲਾ ਕਹਿੰਦਾ ਕਿਆਮਤ ਵਾਲੇ ਦਿਨ ਪਹਾੜ ਵੀ ਉਡਾਵਣੇ ਜਿਵੇਂ ਰੂਹ ਉੜਦੀ ਹੈ। ਅਤੇ ਮੈਂ ਪੁੱਛਣਾ ਚਾਹੁੰਦਾ, ਜਦੋਂ ਪਹਾੜ ਜੀ ਸਖਤ ਸ਼ਾਇਦ ਰੂਹ ਬਣ ਕੇ ਉੱਡ ਜਾਵਣੀ ਹੈ, ਅਤੇ ਕਿੱਕਰ ਟਾਹਲੀ ਨੂੰ ਕਾਹੇ ਪੁੱਛਣਾ? ਕਿੱਕਰ ਟਾਹਲੀ ਤਾਂ ਹੋਣੀ ਕਹਿ ਚਿੱਟੀ ਵਾਲ ਮੈਦਾਨ ਹੋਣਾ, ਅਤੇ ਐਡੀ ਗਰਮੀ ਕਿ ਬੰਦੇ ਆਪਣੇ ਹੀ ਪਸੀਨੇ 'ਚ ਗਰਕ ਹੋਏ ਹੋਏ ਨੇ, ਅਤੇ ਰੱਬ ਨੂੰ ਆਉਂਦੇ ਨੇ ਬਸ ਮੈਨੂੰ ਕਿਵੇਂ ਆ ਛੱਡ ਦੇ, ਆਹ ਮੇਰਾ ਪੋਤਰੀ ਨੂੰ ਲੈ ਜਾਓ। ਇਹ ਨਫਸਾ ਨਫਸੀ ਦਾ ਆਲਮ ਹੈ ਨਾ, ਕੋਈ ਬੰਦਾ ਕਿਸੇ ਦਾ ਬਣਨ ਤਿਆਰ ਹੀ ਨਹੀਂ। ਅਤੇ ਉਸ ਦਿਨ ਵੀ ਜਦੋਂ ਕੋਈ ਛਾਂ ਨਹੀਂ ਆਉਣੀ, ਉਸ ਦਿਨ ਵੀ ਦੋ ਛਾਵਾਂ ਆਉਣੀਆਂ, ਤੂੰ ਸੁਭਾਨ ਅੱਲਾਹ ਨਾ ਵੀ ਬੋਲੇ ਤਾਂ ਕੋਈ ਇਤਰਾਜ਼ ਨਹੀਂ, ਦੋ ਛਾਵਾਂ ਆਉਣੀਆਂ ਨੇ, ਇੱਕ ਅੱਲਾਹ ਦੇ ਅਰਸ਼ ਦੀ ਛਾਂ ਆਉਣੀ ਹੈ ਅਤੇ ਮੋੜ ਇੱਕ ਝੰਡੇ ਦੀ ਆਉਣੀ। ਬਾਈਜਨ, ਮੋੜ ਇੱਕ ਝੰਡੇ ਦੀ ਛਾਂ ਆਉਣੀ ਹੈ, ਇੱਕ ਅੱਲਾਹ ਦੇ ਅਰਸ਼ ਦੀ ਛਾਂ ਹੈ, ਇੱਕ ਝੰਡੇ ਦੀ ਛਾਂ ਹੈ, ਉਸ ਝੰਡੇ ਦਾ ਨਾਂ ਹੈ ਲਿਵਾਏ ਹਮਦ। ਹਾਂ, ਅਗਰ ਨਾ ਤੁਹਾਨੂੰ ਪਤਾ ਹੋਵੇ ਤਾਂ ਸੁਭਾਨ ਅੱਲਾਹ ਤਾਂ ਕਹਿ ਸਕਦਾ ਵੀ ਠੀਕ ਹੋ ਗਿਆ, ਇਲਮ ਇਜ਼ਾਫਾ ਹੋ ਗਿਆ, ਲਿਵਾਏ ਹਮਦ ਉਸ ਝੰਡੇ ਦਾ ਨਾਂ ਹੈ। ਅਤੇ ਮੁੜ ਅਗਲੀ ਚਾਹ ਸਾਲੀ ਗੱਲ ਇਹ ਵੀ ਉਹ ਵੀ ਅਲੀ ਦੇ ਹੱਥ 'ਚ। ਹੁਣ ਜ਼ਰਾ ਸ਼ੇਰ ਸੁਣਿਆ ਤਾਂ ਕਿ ਸ਼ੇਰ ਦਾ ਵਜ਼ਨ ਬਣ ਜਾਏ, ਅਤੇ ਜੋ ਮੁਹੱਬਤ ਤੁਹਾਡੀ ਇਸੇ 'ਚ ਆ ਗਿਆ, ਤੁਸੀਂ ਖੁਸ਼ ਨਸੀਬ ਹੋ। ਅਤੇ ਤੀਸਰਾ ਸ਼ੇਰ ਸਾਂਝਾ ਬਣਾ ਗਿਆ, ਤਰੀਜ਼ਾ ਆਹ ਤੁਮ ਜੋ ਕਰਨਾ ਜ਼ਰਾ ਅਲਮ ਕੇ ਦੇ ਨੇ ਝੰਡੇ ਨੂੰ ਲਿਵਾਏ ਹਮਦ ਵੀ ਝੰਡੇ ਖੁਦਾ ਜਾਣੇ ਕਿ ਕਿਸ ਝੰਡੇ ਦੀ ਕਲ ਮਾਸ਼ਰ ਨੂੰ ਛਾਂ ਹੋਵੇ ਮੌਲਾ ਦੇਵਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਆ ਤੀਸਰਾ ਸ਼ੇਰ ਇਸ ਨਾਂ ਦਾ ਸੁਣ ਜ਼ਰਾ, ਐਲੇ ਸਟੇਜ ਐਲੇ ਪੰਡਾਲ, ਸ਼ਾਦੀ ਵਾਲੇ ਦਿਨ ਪਤਰੇਰ ਨੂੰ ਫੋਨ ਕਰਕੇ ਆਖਣਾ ਪੈਸੇ ਪੜਾ ਸ਼ਰੀਕਾਂ ਨਾਲ ਵਾਹ ਪੈ ਗਿਆ, ਅੱਜ ਸਵਾਲ ਨਾ ਮੰਗਾ ਲੈ ਜਦੋਂ ਮਰਜ਼ੀ ਮੰਗਾ ਲੈ, ਤੈਨੂੰ ਸਹਾਇ ਆਖਣੀ ਪਵਣੀ, ਤੋ ਜੋ ਕਰੀ ਤਰਾ ਇਹੋ ਮੈਂ ਸੋਚ ਕੇ ਜਾਵਾਂ ਬੱਕੀ ਵਿੱਚ ਐ ਮੇਰੇ ਮੌਲਾ, ਇਹੋ ਮੈਂ ਸੋਚ ਕੇ ਜਾਵਾਂ ਬੱਕੀ ਵਿੱਚ ਐ ਮੇਰੇ ਮੌਲਾ, ਨਬੀ ਆਪੇ ਮਨੀ ਪੋਸੀ ਜੇ ਖੁਸ਼ ਜ਼ੈਨਬ ਦੀ ਮਾਂ ਹੋਵੇ ਮੌਲਾ ਦੇਵਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ, ਮੌਲਾ ਦੇਵਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ, ਮੌਲਾ ਦੇਵਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਕਰਾਂ ਮੈਂ ਦੀਦ ਰੋਜ਼ੇ ਦੀ ਤੇ ਨਿਤ ਤਾਜ਼ਾ ਇਮਾਂ ਹੋਵੇ ਮੌਲਾ ਦੇਵਾ ਚ ਘਰ ਹੋਵੇ
ਉੱਥੇ ਰਹਿਮਨ ਲਿਖਾ ਹੋਵੇ, ਉੱਥੇ ਰਹਿਮਨ ਲਿਖਾ ਹੋਵੇ।